ਲੈ ਵੱਜ ਗਏ 5 ਹੁਣ ਨਹੀਂ ਆਉਂਦਾ ਮੇਰੇ ਵਾਲਾ ਢੋਲ ਮੇਰੇ ਸੁਪਨੇ 'ਚ ਯਾਰ ਮੈਂ ਕੀ ਕਰਾਂ ਉਹ ਤਾਂ ਪੀ ਕੇ ਲੋਟਪੋਟ ਹੋਇਆ ਹੋਣਾ ਕਿਤੇ ਨਾ ਕਿਤੇ ਗਲਤੀ ਵੀ ਤਾਂ ਮੇਰੀ ਹੋਈ ਆ ਨਾ 4:45 ਵੀ ਤਾਂ ਹਾਂ ਮੈਂ ਹੀ ਉਹ ਕੀਤੀ ਸੀ ਹੁਣ ਕਿੱਥੋਂ ਆ ਜਾਊਗਾ ਮੇਰੇ ਸੁਪਨੇ 'ਚ ਹੈਲੋ 5:56 ਕੀ ਮੈਂ ਪਹੁੰਚਣਾ ਹੀ ਪਹੁੰਚਣਾ ਮੈਂ ਕੂਣੀਆਂ ਪਾ ਰਹਾ ਵਾਂ ਮੈਂ ਆ ਜਾਣਾ ਆ ਵੀ ਬੈਠਾ ਹਾਏ ਓ ਰੱਬਾ ਮਤਲਬ 5 ਮਤਲਬ ਸਹੀ ਵੱਜੇ ਆ ਕਿ ਅਲਾਰਮ ਸਹੀ ਵੱਜੇ ਆ 5 ਵਜੇ ਦਾ ਮੈਂ ਤਾਂ ਡਰ ਗਈ ਸੀ ਮੈਂ ਕਿਹਾ ਵੀ ਹੁਣ ਨਹੀਂ ਆਉਂਦਾ ਮੇਰਾ ਢੋਲ ਨਹੀਂ ਮੈਂ ਪਹੁੰਚ ਗਿਆ ਹਾਲਾਂਕਿ ਮੇਰਾ ਸਾਰਿਆਂ ਨੂੰ ਇਹੋ ਮੈਸੇਜ ਆ ਵੀ ਤੁਸੀਂ ਸ਼ਰਾਬ ਨਹੀਂ ਪੀਣੀ ਮੈਂ ਗੀਤ ਗਾਇਆ 4:45 ਮਿੱਤਰਾਂ ਨੂੰ ਹਾਂ ਕਰਦੀ ਅਤੇ 4:45 ਹਾਂ ਕੀਤੀ 4:45 ਹਾਂ ਕੀਤੀ ਅਤੇ 5 ਵਜੇ ਨੂੰ ਪਾਉਣਾ ਢੋਲ ਪੀ ਲਿਆ 5:30 ਵਜੇ ਨੂੰ ਹਸਪਤਾਲ ਅਤੇ 6 ਵਜੇ ਨੂੰ ਡਾਕਟਰਾਂ ਜਵਾਬ ਦਿੱਤਾ ਵੀ ਲੈ ਜਾਓ ਘਰੇ ਹਾਏ ਹਾਏ ਨਹੀਂ ਨਹੀਂ ਤੁਸੀਂ ਇੱਦਾਂ ਨਹੀਂ ਕੁਛ ਠੀਕ ਹੈ ਮੈਂ ਪਹੁੰਚ ਗਿਆ ਕੁਣੀ ਪਰ ਥੈਂਕ ਯੂ ਸੋ ਮਚ ਅੱਜ ਮੇਰੇ ਸੁਪਨੇ 'ਚ ਆਏ ਨਹੀਂ ਜੀ ਐਮੀ ਵਿਰਕ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਨਾ ਇੱਕ ਕੰਮ ਕਰ ਲਓ ਯਾਰ ਪਲੀਜ਼ ਕਿਉਂ ਇੰਨੇ ਕੰਮ ਕਰੀ ਜਾਂਦੇ ਪਏ ਹੋ ਤੁਸੀਂ ਮੈਂ ਗਾਉਣਾ ਤਾਂ ਜਾਂ ਫਿਲਮਾਂ ਕਰਦਾ ਹੁਣ ਤਾਂ ਐਕਸਰ ਕਰਦੇ ਹਾਂ ਫਿਲਮਾਂ ਵੀ ਕਰਦੇ ਪਏ ਹੋ ਗੀਤ ਵੀ ਗਾਉਂਦੇ ਪਏ ਹੋ ਪਰ ਰਾਜਨੀਤੀ 'ਚ ਕਿਉਂ ਪਏ ਜੀ ਤੁਸੀਂ ਕਿਉਂ ਪੋਲੀਟਿਕਸ 'ਚ ਪਏ ਹੋਏ ਆ ਮੈਂ ਕਦੋਂ ਗਿਆ ਪੋਲੀਟਿਕਸ 'ਚ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਪਤਾ ਬੰਦੇ ਨੂੰ ਨਾ ਇੱਕ ਕੰਮ ਕਰਨਾ ਚਾਹੀਦਾ ਇੰਨੇ ਕੰਮਾਂ ਦੇ ਵਿੱਚ ਰਹਿ ਕੇ ਨਹੀਂ ਨਹੀਂ ਕਿਉਂ ਕਲੀਅਰ ਤਾਂ ਕਰੋ ਦੱਸੋ ਤੁਸੀਂ ਕੀ ਆ ਕਿਉਂ ਨਾਰੇ ਲਾਈ ਜਾਂਦੇ ਪਏ ਜ਼ਿੰਦਾਬਾਦ 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 ਨਾ ਕਰੋ ਗੀਤ ਸਾਰਾ ਸੁਣਿਆ ਹਾਂ ਸੁਣਿਆ ਜ਼ਿੰਦਾਬਾਦ ਰਹਿਣ ਵੱਲੋਂ ਜਾ ਰਹੀਆਂ ਹਾਂ ਹਾਂ ਤੇ ਉਹ ਪੋਲਿਟਿਕਸ ਕਿਹੜੀ ਹੋ ਗਈ ਤੇ ਤੁਸੀਂ ਕਰੀ ਜਾਂਦੇ ਨਾ ਬਾਰ ਬਾਰ ਹੀ ਕਹੀ ਜਾਂਦੇ ਮੈਨੂੰ ਤਾਂ ਲੱਗਾ ਕਿ ਤੇ ਬਾਰ ਬਾਰ ਤੁਸੀਂ ਨਾ ਸੁਣੋ ਬਾਰ ਬਾਰ ਜ਼ਿੰਦਾਬਾਦ ਰਹਿਣ ਵੱਲੋਂ ਜਾ ਰਹੀਆਂ ਉਹ ਗੱਲ ਆ ਵੀ ਜਾ ਰਹੀਆਂ ਨੂੰ ਜ਼ਿੰਦਾਬਾਦ ਰੱਖਿਆ ਵਾ ਉਹ ਗੱਲ ਆ ਉਹ ਕਿਹੜੀ ਉਹ ਤੇ ਪੋਲਿਟਿਕਸ ਤਾਂ ਦੂਰ ਦੂਰ ਹੈ ਨਹੀਂ ਉਸ ਚੀਜ਼ ਦੇ ਵਿੱਚ ਅੱਛਾ ਮੈਨੂੰ ਲੱਗਾ ਸ਼ਾਇਦ ਕਿਤੇ ਤੁਸੀਂ ਪੋਲਿਟਿਕਸ 'ਚ ਵੀ ਪੈ ਗਏ ਆ ਨਹੀਂ 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 ਪੋਲਿਟਿਕਸ ਵਗੈਰਾ 'ਚ ਨਹੀਂ ਪਏ ਉਹ ਗੱਲ ਹੀ ਆ ਅੱਛਾ ਫਿਰ ਜ਼ਿੰਦਾਬਾਦ ਹੀ ਆ ਰਹੀਆਂ ਤਾਂ ਸੁਣਾ ਦਿਓ ਮੈਨੂੰ ਆਹੋ ਆਹੋ ਅੱਛਾ ਹਉ ਦਿਲ ਸ਼ੀਸ਼ੇ ਜਿਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕਿਆਂ ਸਾਤੋਂ ਸ਼ੁਰੂ ਹੋਣ ਬਾਜ਼ੀਆਂ ਅਸੀਂ ਹੁਕਮ ਦੇ ਅੱਕਿਆਂ ਸਾਨੂੰ ਉਹਨਾਂ 'ਚ ਨਾ ਜਾਣੀ ਬੱਲੀਏ ਥੁੱਕ ਕੇ ਜੋ ਲੈਂਦੇ ਚਟਨੀ ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ ਜੇ ਨਾ ਕਰਕੇ ਜੇ ਆਉਂਦਾ ਜਟਨੀ ਹਾਏ 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 ਥੈਂਕ ਯੂ ਸੋ ਮਚ ਪੰਜਾਬ ਦੇ ਵਿੱਚ ਤੇ 5 ਆ ਪਰ ਤੁਹਾਨੂੰ ਪਤਾ ਤੁਹਾਡੇ 'ਚ 6 ਐਬ ਆ ਐਬ ਹਾਂ ਹਾਂ ਉਹ ਤੇ ਹੈਗੇ ਆ ਪਰ ਇੱਕ ਐਬ ਹੋਰ ਆ ਤੁਹਾਡੇ ਵਿੱਚ ਉਹ ਬਹੁਤ ਮਾੜਾ ਐਬ ਆ ਤੁਹਾਡੇ 'ਚ ਜਾਂ 8 ਹੁੰਦੇ ਜਾਂ 6 ਹੁੰਦੇ ਹੋਰ ਕਿਹੜੇ ਹੁੰਦੇ ਜਾਂ 10 ਹੁੰਦੇ ਹੋਣਗੇ ਕਿਸੇ ਦਾ ਕੋਈ ਐਕਸਟ੍ਰੀਮ ਐਕਸਰਸਾਈਜ਼ ਵਾਲੇ ਤੇ 7 ਤੇ 5 8 ਕਿਹਦੇ 9 ਕਿਹਦੇ ਹੁੰਦੇ ਤੁਹਾਡੇ 'ਚ ਝੂਠ ਬੋਲਣ ਵਾਲਾ ਐਬ ਆ ਕਿਉਂ ਝੂਠ ਬੋਲੀ ਜਾਂਦੇ ਪਏ ਇੰਨਾ ਯਾਰ ਮੈਂ ਕਦੋਂ ਬੋਲਿਆ ਝੂਠ ਯਾਰ ਤੁਸੀਂ ਆਪੇ ਤਾਂ ਰੌਲਾ ਪਾਈ ਨੇ ਕੁੰਡੀ ਮੁੱਛ ਰੱਖੀ ਯਾਰਾਂ ਨੇ ਅਸੀਂ ਛਮਕ ਛੱਲੋ ਹੀ ਛੱਡ ਦਿੱਤੀ ਦੱਸੋ ਨਾ ਤੁਹਾਡੀ ਕੁੰਡੀ ਮੁੱਛ ਰਹੀ ਤੇ ਨਾ ਛਮਕ ਛੱਲੋ ਰਹੀ ਛਮਕ ਛੱਲੋ ਹੈਗੀ ਤਾਂ ਹੈਗੀ ਨਹੀਂ ਉਹ ਤਾਂ ਮੈਂ ਹੈਗੀ ਆ ਪਰ ਕੁੰਡੀ ਮੁੱਛ ਕਿੱਥੇ ਗਈ ਓਏ ਉਹ ਗੀਤ ਸੀ ਅੱਛਾ ਤੇ ਨਾਲੇ ਉਹ ਅੱਗੇ ਮੈਂ ਫਿਲਮ ਕਰੀ ਜਾਂਦਾ ਹਾਕੀ ਤੇ ਤੇ ਉਹਦੇ 16-17 ਸਾਲ ਦੇ ਮੁੰਡੇ ਦਾ ਕਰੈਕਟਰ ਪਲੇ ਕੀਤਾ ਤਾਂ ਕਰਕੇ ਕਟਾਈ ਗਿਆ ਅੱਛਾ ਰੱਖ ਲਵਾਂਗਾ ਫੇਰ ਰੱਖ ਲਵਾਂਗਾ ਹੁਣ ਅਗਲੀ ਵਾਰੀ ਜਦੋਂ ਆਊਗੀ ਰੱਖ ਲਵਾਂਗਾ ਅੱਛਾ ਮੈਨੂੰ ਤਾਂ ਲੱਗਿਆ ਤੁਸੀਂ ਤਾਂ ਮਤਲਬ ਝੂਠ ਬੋਲੀ ਜਾਂਦੇ ਪਏ ਐਵੇਂ ਬਿਨਾਂ ਵਜ੍ਹਾ ਨਹੀਂ ਹੁਣ ਛਮਕ ਛੱਲੋ ਛੱਡ ਦਊਗਾ ਨਾ ਨਹੀਂ ਨਹੀਂ ਛਮਕ ਛੱਲੋ ਕਿ ਛੱਡਣੀ ਹੈ ਕੁੰਡੀ ਮੁੱਛ ਵੀ ਰੱਖਿਓ ਇੱਕੋ ਚੀਜ਼ ਰੱਖੂਗਾ ਦੋਨੋਂ ਦੋ ਦੋ ਚੀਜ਼ਾਂ ਕਿੱਥੋਂ ਚੁੱਕੀ ਬਣਾਵਾਂ ਨਹੀਂ ਉਹ ਆਪਾਂ ਸਲਾਹ ਕਰ ਲੈਂਦੇ ਹਾਂ ਪਹਿਲਾਂ ਤੁਸੀਂ ਕੁੰਡੀ ਮੁੱਛ ਸੁਣਾਓ ਆਪਾਂ ਸਲਾਹ ਕਰਦੇ ਹਾਂ ਹੋ ਮੇਰੀ ਨਵੀਂ ਸੇਲੀ ਨਵਾਂ ਹੀ ਡਰਾਮਾ ਲੈ ਲਓ ਉਹ ਕਹਿੰਦੀ ਵੇਚ ਕੇ ਬੁਲਟ ਤੁਸੀਂ ਆਮਾ ਲੈ ਲਓ ਉਹ ਕਹਿੰਦੀ ਆਈ ਡੋਂਟ ਲਾਈਕ ਇਹ ਦੋਧੀ ਵਾਲੀ ਬਾਈਕ ਇੱਕ ਇਹੋ ਜਿਹੀ ਗੱਲ ਮੂੰਹੋਂ ਕੱਢਤੀ ਉਹ ਕੁੰਡੀ ਮੁੱਛ ਰੱਖੀ ਯਾਰਾਂ ਨੇ ਆਪਾਂ ਛਮਕ ਚੱਲੋ ਹੀ ਯਾਰ ਛੱਡਤੀ ਮਿਹਰਬਾਨੀ ਅੱਛਾ ਤੁਸੀਂ ਕਿਸਮਤ ਬਦਲਦੀ ਵੇਖੀ ਆ ਕਦੀ ਮਾਹੌਲ ਬਦਲਦਾ ਵੇਖਿਆ ਨਹੀਂ ਕਿਹੜਾ ਘਰੀ ਬਾਂਝੇ ਫਿਰ ਤਾਂ ਨਹੀਂ ਬਦਲਦਾ ਹੈ ਨਾ ਪਰ ਆਪਾਂ ਇੱਥੇ ਬਦਲਣਾ ਆ ਮਾਹੌਲ ਨਾਲੇ ਆਪਾਂ ਸਲਾਹ ਵੀ ਕਰਨੀ ਨਾ ਕੁੰਡੀ ਮੁੱਛ ਰੱਖਣੀ ਤੁਸੀਂ ਕਿ ਛਮਕ ਛੱਲੋ ਓਕੇ ਤੇ ਮਾਹੌਲ ਆਪਾਂ ਬਦਲਣਾ ਬ੍ਰੇਕ ਲੈ ਲਈਏ ਨਾ ਫਿਰ ਆਪਾਂ ਹਾਂ ਹਾਂ ਹੈ ਨਾ ਫਿਰ ਮਾਹੌਲ ਥੋੜ੍ਹਾ ਜਿਹਾ ਬਦਲ ਦੇ ਨਾਲੇ ਮੈਂ ਸਲਾਹ ਕਰ ਲਾਂ ਤੇ ਤੁਸੀਂ ਲੋਕ ਇੱਕ ਛੋਟਾ ਜਿਹਾ ਬ੍ਰੇਕ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਬ੍ਰੇਕ ਤੋਂ ਬਾਅਦ ਐਮੀ ਵਿਰਕ ਤੁਹਾਡਾ ਵੀ ਸਵਾਗਤ ਹੈ ਤੁਸੀਂ ਅੱਜ ਬੜੇ ਸੋਹਣੇ ਲੱਗ ਰਹੇ ਹੋ ਤੁਸੀਂ ਵੀ ਸੋਹਣੇ ਲੱਗ ਰਹੇ ਹੋ ਥੈਂਕ ਯੂ ਸੋ ਮਚ ਸਮਝ ਗਏ ਸੀ ਮਤਲਬ ਆਪਣੀ ਤਾਰੀਫ ਕਰਾਣੀ ਹਾਂਜੀ ਅੱਛਾ ਤੁਹਾਡੇ ਲਈ ਗ੍ਰੀਨ ਟੀ ਆ ਗਈ ਆ ਫਿਰ ਨਾ ਕਿਹਾ ਸ਼ੌਂਕਨ ਦੇ ਸੁਪਨੇ 'ਚ ਤੁਹਾਡੀ ਬੜੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਮਿਹਰਬਾਨੀ ਹਾਂ ਇੰਨੀ ਮਿਹਰਬਾਨੀ ਵੀ ਨਾ ਕਰੋ ਗ੍ਰੀਨ ਟੀ ਹੋਈ ਆ ਲੈ ਤੁਹਾਡੀ ਹੋਰ ਸੇਵਾ ਕਰਨੀ ਆਪਾਂ ਮਿਹਰਬਾਨੀ ਮੁੰਡੀ ਢਾਣਾ ਨਾ ਲੈ ਹੋਏ ਤਾਂ ਕਰੋ ਕਰੋ ਸੇਵਾ ਮਾਰੋ ਦੇ ਮੁੱਕੀਆਂ ਐ ਜੀ ਸੇਵਾ ਠੀਕ ਆ ਅੱਛਾ ਹੁਣ ਨਾ ਆਪਾਂ ਓ ਰੱਬਾ ਨਾ ਗੇਮ ਸੈਗਮੈਂਟ ਸ਼ੁਰੂ ਹੋ ਗਿਆ ਓਕੇ ਤੇ ਸਭ ਤੋਂ ਪਹਿਲਾਂ ਆਪਾਂ ਖੇਡਾਂਗੇ ਪਿਟਾਰਾ ਵਾਲੀ ਮੈਂ ਕਿਹਾ ਰਿਸ਼ਵਤ ਦੇਣ ਲੱਗਿਆ ਤੁਸੀਂ ਪੜੋ ਤੇ ਜੋ ਮੈਂ ਪੁੱਛਣ ਦੇ ਚੁੱਪਚਾਪ ਦੱਸੀ ਚੱਲਿਓ ਇਹਦੇ 'ਚ ਆਪਾਂ ਕੁਝ ਚੀਜ਼ਾਂ ਪਾਈਆਂ ਹੋਈਆਂ ਨੇ ਤੁਸੀਂ ਅੱਖਾਂ ਬੰਦ ਕਰਕੇ ਕੋਈ ਵੀ ਚੀਜ਼ ਕੱਢਣੀ ਹੈ ਤੇ ਉਸ ਤੋਂ ਸਭ ਤੋਂ ਪਹਿਲਾਂ ਥੋਟ ਮੈਮਰੀ ਗੀਤ ਜੋ ਵੀ ਤੁਹਾਨੂੰ ਯਾਦ ਆਉਂਦਾ ਤੁਸੀਂ ਦੱਸਣਾ ਹੈ ਠੀਕ ਹੈ ਠੀਕ ਹੈ ਜੀ
ਕਰੀਏ ਫਿਰ ਕਰੋ ਜੀ ਕਰੋ ਮੈਂ ਦੱਸ ਦਿਓ ਕਿੱਥੇ ਗਾ ਖੁੱਲ ਗਿਆ ਹਾਂਜੀ ਹਾਂਜੀ ਖੁੱਲ ਗਿਆ ਤੋ ਛੱਡਣਾ ਤੇ ਟਕਰ ਜਾਊਂਗਾ ਲਾ ਦੇ ਮੇਰੀ ਨਾ ਨਾ ਖੋਲੋ ਖੋਲੋ ਅੱਖਾਂ ਆ ਕੀ ਬਲਾ ਹੋਏ ਇਹ ਹੈ ਜੀ ਡੰਬਲ ਓਏ ਆ ਯੰਤਰ ਤੇ ਮੈਂ ਪਹਿਲੇ ਨਹੀਂ ਵੇਖਿਆ ਇੱਥੇ ਦੇਖੋ ਹੁਣ ਵੱਡੇ ਵਾਲਾ ਤਾਂ ਪਾ ਨਹੀਂ ਸਕਦੇ ਸੀ ਨਾ ਠੀਕ ਹੈ ਜੀ ਮੈਂ ਪੰਪ ਕਰ ਲਾਂ ਡੋਲੇ ਕਰ ਲਓ ਫਿਰ ਗੱਲ ਕਰਦਾ ਪੰਜ ਸੱਤ ਮਿੰਟਾਂ ਨੂੰ ਡੰਬਲ ਇਹਦਾ ਮਤਲਬ ਤੁਹਾਨੂੰ ਜਿਮ ਜਾਣਾ ਬਹੁਤ ਜ਼ਰੂਰੀ ਸਿਹਤ ਲਈ ਅਤੇ ਸ਼ੌਂਕਨ ਜੀ ਵੀ ਕਹਿ ਰਹੇ ਵੀ ਤੁਸੀਂ ਤੁਹਾਡੇ ਲਈ ਹੈਵ ਟੂ ਆ ਜਿਮ ਜਾਣਾ ਬੰਦੇ ਨੂੰ ਫਿੱਟ ਹੋਣਾ ਚਾਹੀਦਾ ਅਤੇ ਵੱਡੇ ਵੱਡੇ ਢਿੱਡ ਨਹੀਂ ਹੋਣੇ ਚਾਹੀਦੇ ਫਿੱਟ ਹੋਣਾ ਚਾਹੀਦਾ ਐਬਸ ਭਾਵੇਂ ਨਾ ਹੁਣ ਘੱਟੋ ਘੱਟ ਫਿਟਨੈਸ ਹੋਣੀ ਚਾਹੀਦੀ ਆ ਐਬਸ ਭਾਵੇਂ ਨਾ ਵੀ ਹੁਣ ਬਿਕਾਜ਼ ਮੈਂ ਡਾ ਚੁੱਕਿਆ ਪਿਛਲੇ ਪੰਜ ਸੱਤ ਦਿਨਾਂ ਦੇ ਵਿੱਚ ਉਹ ਥੱਲੇ ਦੋ ਤਾਂ ਉੱਡ ਗਏ ਆ ਚਾਰ ਰਹਿ ਗਏ ਆ ਅਤੇ ਜਿਮ ਜਾਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਅਤੇ ਵੱਧ ਨੇ ਜਾ ਕੇ ਸਲਾਹਾਂ ਨਹੀਂ ਦੇਣੀਆਂ ਜਿਮ ਦੇ ਵਿੱਚ ਬੰਦਾ ਤਿੰਨ ਦਿਨ ਜਿਮ ਜਾਂਦਾ ਉੱਥੇ ਕੋਚ ਬਣ ਜਾਂਦਾ ਬੌਡੀ ਬਣੇ ਨਾਮ ਨੇ ਕੋਚ ਬਣ ਜਾਂਦਾ ਅੰਜ ਲਾਓ ਸਹੀ ਨਹੀਂ ਲੱਗ ਰਿਹਾ ਧੌਣ ਸਿੱਧੀ ਛਾਤੀ ਬਾਹਰ ਐਵੇਂ ਬੰਦੇ ਦਾ ਨਾ ਗਲਤ ਮਲਤ ਸਰੀਰ ਬਣਾਦਾ ਅਤੇ ਉੱਥੇ ਚੁੱਪ ਰਹਿਣਾ ਬਹੁਤ ਜ਼ਰੂਰੀ ਆ ਅਤੇ ਫੋਕਸ ਕਰਨਾ ਚਾਹੀਦਾ ਵਰਕਆਊਟ ਦੇ ਉੱਤੇ ਐਂਡ ਸਰੀਰ ਆਪਣਾ ਫਿੱਟ ਰੱਖੋ ਡਾਇਟ ਆਪਣੀ ਸਹੀ ਰੱਖੋ ਅਤੇ ਦੁੱਧ ਸ਼ੁੱਧ ਪੀਓ ਆਪਣੀ ਐਕਸਰਸਾਈਜ਼ ਲਾਓ ਸਮਝ ਗਏ ਵੈਰੀ ਗੁੱਡ ਆਉਣ ਦਿਓ ਜੀ ਹਾਂ ਲੈ ਜਾਣਾ ਲੈ ਜਾਓ ਤੁਸੀਂ ਦੇਖ ਲਓ ਇਹਦੇ ਦੁਬਾਰਾ ਫਿਰ ਕਿਸੇ ਪਾਸੇ ਰੱਖ ਲਓ ਫਿਰ ਨਾ ਹੱਥ 'ਚ ਆ ਜਾਏ ਇੰਨੀਆਂ ਗੱਲਾਂ ਮੁੱਕ ਗਈਆਂ ਜਿੰਮ ਨੇ ਕਿੰਨੀਆਂ ਕਰੂੰਗਾ ਚਲੋ ਜੀ ਕਰੀਏ ਆਉਣ ਦਿਓ ਜੀ ਚਲੋ ਜੀ ਆ ਕੁਛ ਹੈ ਹੀ ਵਿੱਚੋਂ ਕਿਸੇ ਦਾ ਪਾਰਟ ਤਾਂ ਨਹੀਂ ਗਾ ਨਾ ਜੀ ਅੱਖਾਂ ਖੋਲ ਲਓ ਤੁਸੀਂ ਇਹਨੂੰ ਇੱਦਾਂ ਕਰੋ ਇਹ ਤਾਂ ਨਾ ਕਿਸੇ ਕੋਈ ਗੀਤ ਆਊ ਇਹਨੂੰ ਵੇਖ ਕੇ ਚੇਤੇ ਹਨਾ ਇਹ ਤਾਂ ਨਿੱਕੇ ਹੁੰਦੇ ਆਉਂਦਾ ਹੁੰਦਾ ਸੀ ਜਾਂ ਚੱਪਲਾਂ 'ਚ ਪਾਇਆ ਹੁੰਦਾ ਸੀ ਨਿਆਣੇ ਦੇ ਪੀ ਕਰਦੇ ਭੱਜੇ ਫਿਰਦੇ ਹੁੰਦੇ ਸੀ ਅਤੇ ਜਾਂ ਵੈਸੇ ਨਿਆਣੇ ਦੇ ਖਿਡਾਉਣੇ ਦੇ ਵਿੱਚ ਆਏ ਮੈਨੂੰ ਬਹੁਤ ਇਰੀਟੇਸ਼ਨ ਹੁੰਦੀ ਸੀ ਨਿਆਣੇ ਨਾ ਹਟਦੇ ਨਹੀਂ ਹੁੰਦੇ ਕਰਨ ਪੀ ਰਹਿੰਦ ਖੂੰਦ ਇਹਦੇ 'ਚੋਂ ਪੀ ਬਣੀ ਕੱਢ ਕੇ ਮੂੰਹ 'ਚ ਪਾ ਲੈਂਦੇ ਹੁੰਦੇ ਯਾਦ ਕੱਢ ਕੇ ਉਹ ਖਾ ਕੇ ਪਾ ਕੇ ਖਾਵਾਂ ਹਾਏ ਸਾਡੀ ਵਿਚਾਰੀ ਠੀਕ ਨਹੀਂ ਹਾਂ ਵੈਰੀ ਗੁੱਡ ਹੋਰ ਓਏ ਹੋਏ ਕੀ ਬਾਤ ਹੈ ਬੜੀ ਬੜੀ ਮਿਹਰਬਾਨੀ ਖਰਾਬ ਤਾਂ ਨਹੀਂ ਕੀਤੀ ਨਹੀਂ ਨਹੀਂ ਹੁਣ ਅਗਲੇ ਇੰਟਰਵਿਊ 'ਚ ਹੋਰ ਲੈ ਲਿਓ ਕਿ ਇਹੀ ਪਾਉਣੀ ਆ ਇਹ ਕਿਹਾ ਨਿਆਣੇ ਦੇ ਦਿਓ ਖੇਡਣ ਵਾਲੇ ਨੂੰ ਹੋਰ ਦੱਸੋ ਇਹ ਕਿੰਨੀਆਂ ਕਿਸ਼ਾਇਆਂ ਚੁੱਕਣੀਆਂ ਤੁਸੀਂ ਗ੍ਰੀਨ ਟੀ ਪੀ ਜਾਓ ਨਾਲ ਨਾਲ ਚਲੋ ਕਰ ਲਓ ਅੱਖਾਂ ਬੰਦ ਲਿਓ ਭਾਈ ਕੱਪ ਨਾ ਥੱਲੇ ਰੋੜਦੇ ਹਾਂ ਚਲੋ ਚਲੋ ਜੀ ਕਰਿਓ ਜਰਾ ਇਹਨੂੰ ਵਜਾਇਓ ਆਦੇ ਬਾਜ ਪਹਿਲੇ ਨਹੀਂ ਸੁਣੀ ਉਹ ਇਦਾਂ ਦੇ ਯੰਤਰ ਸੁਣੇ ਪਹਿਲਾਂ ਮੈਂ ਅੱਛਾ ਕੁਲਫੀ ਵਾਲੇ ਤੁਸੀਂ ਕੁਲਫੀ ਵਾਲੇ ਆ ਤੁਹਾਡੇ ਕੋਈ ਯੰਤਰ ਜਿਹਾ ਫੜਿਆ ਕਿੱਦਾਂ ਵੇਚੋਗੇ ਕੁਲਫੀ ਤੂੰ ਜਦੋਂ ਇਹ ਫੜਿਆ ਤਾਂ ਕੁਲਫੀ ਕਹਿਣੀ ਕਿਉਂ ਨਹੀਂ ਤੂੰ ਕਈਆਂ ਨੂੰ ਨਹੀਂ ਪਤਾ ਲੱਗਦਾ ਇੱਕ ਵਾਰੀ ਨਾ ਮੈਂ ਸਾਡੇ ਮੈਂ ਗੱਲ ਦੱਸਦਾ ਤੁਹਾਨੂੰ ਸਾਡੇ ਅਸੀਂ ਜੀਰੀ ਵੱਢੀ ਅਤੇ ਜੀਰੀ ਵਿਹੜੇ 'ਚ ਟਾਈ ਖੈਰ ਉਹ ਪਹਿਲੀ ਵਾਰੀ ਸੀ ਇੰਸੀਡੈਂਟ ਕਿਉਂਕਿ ਮੈਨੂੰ ਡੈਡੀ ਹੁਣ ਕਹਿੰਦੇ ਸੀ ਵੀ ਤੂੰ ਆਹ ਘਰੋਂ ਆ ਮਤਲਬ ਟਾਈਪ ਜੀਰੀ ਜਾਂ ਕਣਕ ਨਹੀਂ ਲੈ ਕੇ ਜਾਣੀ ਬਾਹਰ ਨੂੰ ਤੂੰ ਰੁਪਈਆ ਦੋ ਰੁਪਈਏ ਲੈ ਜਾ ਉਹਦੇ ਘਰ ਕੋਈ ਵਾਰ ਉਹਨੇ ਮੈਂ ਲਾ ਗਿਆ ਦਾ ਮੈਂ ਕਣਕ ਦਾ ਕਬਲਾ ਜੀਰੀ ਦਾ ਕਬਲਾ ਭਰ ਕੇ ਲੈ ਗਿਆ 11 21 ਦਾ ਜਾ ਕੇ ਮੈਂ ਭਾਈ ਦਿੱਤਾ ਮੈਂ ਕਿਹਾ ਕੁਲਫੀ ਦੇ ਦਿਓ ਅਤੇ ਮੈਂ ਕਿਹਾ ਪਹਿਲਾਂ ਮੈਂ ਕਿਤਨੇ ਕਾ ਹੁਆ ਕਹਿੰਦਾ 250 ਰੁਪਈਆ ਅੱਛਾ ਤੇ ਮੈਨੂੰ ਲੱਗਾ 28 ਕਹਿਣ ਡਿਆ ਅੱਛਾ ਤੇ ਹੋਏ 250 ਕਹਿੰਦਾ 28 ਰੁਪਈਆ ਤੇ ਹੋਏ 250 ਰੁਪਈਏ ਤੇ ਮੈਨੂੰ ਦੇ ਕੇ ਦੋਵਾਂ ਵਾਲੀ ਕੁਲਫੀ ਤੇ ਨਾਲ 50 ਪੈਸੇ ਆਉਂਦਾ ਜਾ ਤੇ ਮੈਂ ਕਿਹਾ ਬਾਕੀ 26 ਰੁਪਈਏ ਉਹ ਆਉਂਦਾ 250 ਰੁਪਈਆ ਮੈਂ ਕਿਹਾ 28 ਕਹਿ ਦੁਖੀ ਕੀਤਾ ਤੇ ਮੈਨੂੰ 250 ਰੁਪਈਆ ਮੈਨੂੰ ਵਾਲ ਜਾ ਲਿਆ ਉਹਨੇ ਅੱਛਾ ਮੈਂ ਉਹਦੇ 26 ਮੰਗਾ ਨਾਲੇ ਕੁਲਫੀ ਤੇ ਕਬਲਾ ਏਡਾ ਕੁ ਵਿੱਚ ਉਹਨਾਂ ਦਾ ਜਿਹੜਾ ਇੱਕ ਮੀਡੀਅਮ ਕੌਲੀ ਹੁੰਦੀ ਆ ਤੇ ਇੱਕ ਵੱਡਾ ਕੌਲਾ ਉਹਦੇ ਉਹਦੇ ਵਿਚਾਲੇ ਜਾਲਾ ਸੀ 250 ਰੁਪਏ ਦੀ ਜੀਰੀ ਤੇ ਇੱਕ ਕੁਲਫੀ ਤੇ ਨਾ ਮੈਂ 26 ਰੁਪਈਏ ਮੰਗਾ ਉਹ ਤੋਂ ਗੱਲ ਪੈ ਗਿਆ ਬਈ ਇਹਦੇ ਮੈਂ ਆਹਦਾ ਜਾ ਦੌੜ ਜਾਓ ਤੂੰ ਫਿਰ ਮੈਂ ਆ ਗਿਆ ਘਰੇ ਤੇ ਕੁਲਫੀ ਇਹਦੇ ਨਾਲ ਮੈਂ ਕੀ ਵੇਚਣੀ ਆ ਉਹਦਾ ਉਹ ਹੁੰਦਾ ਇੱਕ ਸਭ ਤੋਂ ਵੱਡੀ ਦਿੱਕਤ ਆ ਉਹ ਮੈਨੂੰ 3 ਪਹੀਆਂ ਵਾਲੀ ਸਾਈਕਲ ਨਹੀਂ ਚਲਾਉਣੀ ਆਉਂਦੀ ਮੈਂ ਕੁਲਫੀ ਕਿੱਥੋਂ ਵੇਚ ਲੈਣੀ ਰੇੜ ਕਿਤੇ ਬੰਦਾ ਲੈ ਜਾਂਦਾ ਆ ਰੇੜ ਕਿਤੇ ਮੈਂ ਉਸ ਤੋਂ ਬਾਅਦ ਸ਼ਹਿਰ ਵੀ ਤੇ ਪਹੁੰਚਣਾ ਆਪਣੇ ਕੇ ਉੱਥੇ ਮੈਂ ਪਿੰਡਾਂ 'ਚ ਰਹਿਣਾ ਠੀਕ ਨਹੀਂ ਅੱਛਾ ਇੱਕ ਵਾਰੀ ਹੇਕ ਜੀ ਤਾਂ ਲਾ ਕੇ ਦਿਖਾ ਦੋ ਮੈਂ ਕਿੱਦਾਂ ਲਾਉਂਗੀ ਕੁਲਫੀ ਵਾਲੀ ਯਾਰ ਕੁਲਫੀ ਕੌਣ ਹੇਕ ਲਾਉਂਦਾ ਕੁਲਫੀ ਅੱਜ ਤਾਈਂ ਮੈਂ ਤਾਂ ਕਿਹੜੇ ਸੁਣਿਆ ਨਹੀਂ ਅਰੇ ਹੇਕ ਵੈਸੇ ਲਾ ਦਿੰਦੇ ਕੁਲਫੀ ਲੈ ਲੂੰ ਉਹ ਕੁਲਫੀ ਲੈਲਾ ਸ਼ੌਂਕਣੇ ਕੁਲਫੀ ਲੈਲਾ ਕੁਲਫੀ ਕੁਲਫੀ ਗਰਮਾ ਗਰਮ ਗਰਮ ਹੈ ਤਾਂ ਕਦੇ ਵੀ ਨਾ ਆਇਆ ਜੀ ਕੁਲਫੀ ਲੈ ਕਰੀਏ ਹੋਰ ਕਰਨਾ ਆਉਣ ਦਿਓ ਸਾਨੂੰ ਥੋੜ੍ਹੀ ਜਿਹੀ ਛੋਟੀ ਲੱਭੀ ਛੰਦੇ ਮੁੰਦੀ ਹਾਂਜੀ ਇਹ ਥੋੜ੍ਹੀ ਜਿਹੀ ਇਹਦੇ ਨਾਲ ਮਿਲਦੀ ਹੈ ਸਾਡੇ ਪਿਤਾਰਾ ਨਾਲ ਨਾ ਇਹ ਤੇ ਮੈਨੂੰ ਦੇ ਦੇ ਮੈਂ ਲਾਣਾ ਹੱਥ ਲੈ ਲਾ ਕੇ ਦੇ ਦੇ ਅੱਜ ਵਿਆਹ ਜਾ ਕੇ ਉਹਨਾਂ ਦਾ ਮੈਂ ਅੰਜੀ ਕਰ ਦੇਣਾ ਮੈਂ ਉੱਥੇ ਇਹਨਾਂ ਨੇ ਪੱਕਾ ਪੱਕਾ ਦੇ ਦਾਂਗੇ ਕੁੰਡੀ ਮੱਛ ਰੱਖੀ ਯਾਰ ਕਿੰਨਾ ਕੁ ਮਿਸ ਕੀਤਾ ਇਹਨੂੰ ਜਦੋਂ ਤੁਹਾਨੂੰ ਕਟਾਉਣੀ ਪਈ ਆਪਣੀ ਕੁੰਡੀ ਮੋਚ ਕਾਫੀ ਸੀ
ਮਤਲਬ ਅਕਸਰ ਗਾਲ ਬਹੁਤ ਵਰਦੀ ਮੈਨੂੰ ਨਾ ਤੂੰ ਪੁੱਛਾਂ ਕਿਵੇਂ ਘਟਾਤੀਆਂ ਓਏ ਮੈਂ ਕਿਹਾ ਭਾਜੀ ਉਹ ਬਣਾ ਦਾ ਸ਼ੂਟ ਚ ਤਾਂ ਘਟਾਤੀਆਂ ਤੇ ਉਹ ਫਿਰ ਰੱਖ ਲਾਂਗੇ ਉਹ ਕਿਤੇ ਭਲੇਖੇ ਨਾਲ ਹੱਥ ਇੱਦਾਂ ਜਾਂਦਾ ਸੀਗਾ ਫਿਰ ਮੁੜ ਕੇ ਕਟਾ ਕਈ ਵਾਰੀ ਹੁੰਦਾ ਹੁੰਦਾ ਆਪਣੇ ਇੱਥੇ ਪੰਜਾਬ ਚ ਨਹੀਂ ਅੱਛਾ ਜਦੋਂ ਬਾਹਰ ਅੰਦਰ ਜਾਈ ਨਾ ਪੱਗ ਜੀ ਬੰਨੀ ਹੋਵੇ ਤਾਂ ਹੱਥਾਂ ਜਲ ਜਾਂਦਾ ਹੁੰਦਾ ਹੁੰਦੀ ਕੁਛ ਨੀ ਉੱਤੇ ਹੱਥ ਜੀ ਹੁੰਦੇ ਨਾ ਵੀ ਹੈ ਤੇ ਹੈ ਨੀ ਕੁਛ ਵੀ ਉੱਥੇ ਬਾਹਰ ਨੂੰ ਹੀ ਮੁੱਛਾਂ ਚੜ੍ਹੀ ਜਾਣੀਆਂ ਲੈਣਾ ਨੀ ਦੇਣਾ ਹਨਾ ਆਦਤ ਹੁੰਦੀ ਆ ਵੀ ਚੁੱਕੀ ਚੱਲੋ ਮੁੱਛ ਨਾਲੇ ਕੰਮ ਕੋਈ ਨੀ ਚਲੋ ਜੀ ਥੈਂਕ ਯੂ ਸੋ ਮਚ ਪਿਟਾਰਾ ਵਾਲੀ ਗੇਮ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਕੱਢਣ ਦੇ ਲਈ ਫਿਰ ਸ਼ੌਂਕਣ ਵਾਲਾ ਇੱਕ ਛੋਟਾ ਜਿਹਾ ਗਿਫਟ ਤਾਂ ਬਣਦਾ ਹੀ ਹੈ ਨਾ ਤੁਹਾਡੇ ਲਈ ਬੜੀ ਬੜੀ ਮਿਹਰਬਾਨੀ ਤੇ ਹੁਣੇ ਕਰਦਾ ਸ਼ੁਰੂ ਕਿ ਮੈਂ ਬਾਅਦ ਚ ਖਾ ਲਾਂ ਨਹੀਂ ਤੁਸੀਂ ਦੇਖ ਲਓ ਗ੍ਰੀਨ ਟੀ ਨੇ ਵੈਸੇ ਤੁਸੀਂ ਖਾ ਸਕਦੇ ਜਿਹੜੇ ਹਿਸਾਬ ਨਾਲ ਤੁਸੀਂ ਇੱਥੇ ਇਹਨੂੰ ਅੱਗ ਲਾ ਕੇ ਮਚਾਇਆ ਖਾਣ ਨੂੰ ਨਹੀਂ ਦਿੱਤਾ ਤੁਸੀਂ ਐਵੇਂ ਨਾਮ ਦਿੱਤਾ ਤੁਸੀਂ ਮੈਨੂੰ ਨਹੀਂ ਨਹੀਂ ਖਾਣ ਲਈ ਐਦਾਂ ਓਕੇ ਦੇਖੋ ਸ਼ੌਂਕਨ ਤੁਹਾਡੇ ਨਾਲ ਧੋਖਾ ਕਰ ਸਕਦੀ ਹੈ ਚੱਕਰ ਹੀ ਕੋਈ ਨਹੀਂ ਬੜੀ ਬੜੀ ਮਿਹਰਬਾਨੀ ਜੀ ਤੁਹਾਡਾ ਬੜਾ ਬੜਾ ਧੰਨਵਾਦ ਥੈਂਕ ਯੂ ਸੋ ਮਚ ਪਿਟਾਰਾ ਦੀ ਇੰਨੀ ਸੋਹਣੀ ਗੇਮ ਖੇਡਣ ਦੇ ਲਈ ਮਿਹਰਬਾਨੀ ਜੀ ਥੈਂਕ ਯੂ ਹੁਣ ਸਾਡੀ ਇੱਕ ਗੇਮ ਹੈਗੀ ਹੈ ਜੀ ਕਲੀ ਜੋਟਾ ਓਕੇ ਦੇਖੋ ਤੁਹਾਡੇ ਨਾਲ ਬਹੁਤ ਮਿਲਦੀ ਜੁਲਦੀ ਗੇਮ ਆ ਕਿਉਂਕਿ ਤੁਹਾਡਾ ਗੀਤ ਵੀ ਆਇਆ ਸੀ ਕਲੀ ਜੋਟਾ ਹਨਾ ਤੇ ਇਸ ਕਰਕੇ ਆਪਾਂ ਖੇਡਾਂਗੇ ਕਲੀ ਜੋਟਾ ਓਕੇ ਜੀ ਕਰੀਏ ਸ਼ੁਰੂ ਜੀ 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 ਚਲੋ ਜੀ ਪਹਿਲਾਂ ਤੁਸੀਂ ਖੇਡੋਗੇ ਕਿ ਮੈਂ ਖੇਡਾਂ ਤੁਸੀਂ ਖੇਡ ਲਓ ਚਲੋ ਜੀ ਤੇ ਇਹਦਾ ਰਿਵਾਰਡ ਅਸੀਂ ਰੱਖਾਂਗੇ ਜੀ ਲੂਣ ਮਿਰਚ ਤੇ ਮਸਾਲਾ ਚਪੇੜਾ ਹਾਂਜੀ ਠੀਕ ਹੈ ਜੀ ਅੱਖਾਂ ਕਿਉਂ ਬੰਦ ਕਰੀ ਵੈਸੇ ਹੀ ਕਹੀ ਤੁਹਾਨੂੰ ਲੱਗਣਾ ਨਾ ਵੀ ਚੀਟ ਕਰਦਾ ਦੋ ਜਾਂ ਇੱਕ ਹੀ ਰੱਖਣਾ ਇਹਦੇ 'ਚ ਬਾਕੀ ਤੁਹਾਨੂੰ ਦੱਸ ਦੂੰਗੀ ਵੀ ਕੁਛ ਵੀ ਹੋਊਗਾ ਮੈਨੂੰ ਆਉਂਦਾ ਕਲੀ ਜੋਟਾ ਚਲੋ ਜੀ ਖੋਲੋ ਅੱਖਾਂ ਹੁਣ ਮੈਂ ਤਾਂ ਕਲੀ ਕੇ ਜੋਟਾ ਜੋਟਾ ਕਲੀ ਅਗਲੀ ਲਿਆਓ ਚਲੋ ਜੀ ਜੋਟਾ ਮੈਂ ਕਹਿੰਦਾ ਤੁਹਾਡੇ ਕੋਲ ਬਾਂਟੇ ਤਿੰਨ ਮੈਂ ਕਿਉਂ ਦੱਸਾਂ ਕਿੰਨੇ ਨੇ ਚਲੋ ਕਲੀ ਦੋ ਹਾਰ ਗਏ ਦੋ ਹਾਰ ਗਏ ਚਲੋ ਜੀ ਜੋਟਾ ਇਹ ਤਾਂ ਮੈਂ ਥੋੜਾ ਕਰਤਾ ਵੀ ਚਲੋ ਮੈਨੂੰ ਥੋੜਾ ਚਲੋ ਜੀ ਇੱਕ ਜਿੱਤ ਗਿਆ ਚਲੋ ਜੀ ਜੋਟਾ ਅੱਛਾ ਚਲੋ ਜੋਟਾ 3-2 ਤੁਸੀਂ ਜੀ ਅੱਛਾ ਚਲੋ ਜੀ ਖਾਇਓ ਰੱਬਾ ਉਹਨੇ ਹੀ ਰਹਿਣੇ ਨੇ ਬੰਟੇ ਕਲੀ ਯੇ ਜਿੱਤ ਗਈ ਵੇ ਕੁੜੀ ਕਲੀ ਇੱਕ ਕਰ ਲਓ ਹੁਣ ਮੈਂ ਸੋਚਿਆ ਕੁਛ ਜੋਟਾ ਪੰਜ ਕਲੀ ਜੋਟਾ ਕਲੀ ਲੈ ਵੀ ਹੁਣ ਈਵਨ ਹੀ ਹੋ ਸਕਦਾ ਦੋ ਹਾਰ ਗਈ ਕੁੜੀ ਜੋਟਾ ਕਲੀ ਹਾਰ ਗਈ ਚੱਡੀ ਜਾ ਮਾਫ ਕੀਤਾ ਨਹੀਂ ਤੁਸੀਂ ਕਰ ਸਕਦੇ ਦੇਖੋ ਫਿਰ ਲੂਣ ਮਿਰਚ ਗਰਮ ਮਸਾਲਾ ਮੈਂ ਉਂਗਲਾਂ ਹੀ ਮਾਰੂੰਗਾ ਜ਼ਰੂਰੀ ਤਾਂ ਨਹੀਂ ਲੂਣ ਮਿਰਚ ਯਾਰ ਤੁਸੀਂ ਬੜੇ ਤੇਜ਼ ਆ ਨੂਣ ਮਿਰਚ ਕਾਲਾ ਨੂਣ ਕਾਲੀ ਮਿਰਚ ਯਾਰ ਸਾਰਾ ਕੁਛ ਤੁਸੀਂ ਮੈਨੂੰ ਅੱਜ ਹੀ ਖਵਾ ਦੇਣਾ ਆ ਤੇ ਕਰੇਲਿਆਂ ਦਾ ਜੂਸ ਵੱਜਣ ਨਹੀਂ ਡਈ ਹੈ ਯਾਰ ਮੈਂ ਸੋਚਿਆ ਤੇ ਕੁਛ ਸੀ ਹੋ ਕੁਛ ਗਿਆ ਹੈ ਹੱਥਾਂ ਨੂੰ ਮੇਰੀ ਬਾਹ ਕਢਾਉਣੀ ਜੇ ਯਾਰ ਬੜੇ ਤੇਜ਼ ਆਏ ਯਾਰ ਤੁਸੀਂ ਚਕਾਨੀਆਂ ਜੀਆਂ ਨਾ ਦਿਓ ਮੈਨੂੰ ਹੈ ਤੁਸੀਂ ਚਕਾਨੀਆਂ ਚਲੋ ਮਿਸ ਕਰਕੇ ਵਿਖਾਵਾਂ ਐਕਟਿੰਗ ਕਰਕੇ ਮਿਸ ਕਰਕੇ ਲਾਓ ਹੱਥ ਕੀ ਕਰੋ ਯਾਰ ਤੁਸੀਂ ਤਾਂ ਪਤਾ ਬੰਦਾ ਕੋਈ ਨੀ ਅਗਲੇ ਵਾਰ ਦੇਖਿਓ ਜਦੋਂ ਤੁਹਾਨੂੰ ਮੈਂ ਚਕਾਨੀਆਂ ਇਹ ਜੇ ਦੇਲ ਕੇ ਆਏ ਚਲੋ
ਯਾਰ ਬਈ ਬੰਦੇ ਨੇ ਮਾਰ ਨਾ ਮਾਰਦੇ ਯਾਰ ਡਰਾਓ ਨਾ ਤੁਸੀਂ ਦੇਖੋ ਹੱਸੂਗੇ ਸਾਰੇ ਵੀ ਹਾਏ ਰੱਬਾ ਜਿੱਤ ਗਈ ਮੈਂ ਜਿੱਤ ਗਈ ਮੈਂ ਇਹ ਮੈਨੂੰ ਦੋ ਤੁਸੀਂ ਹੁਣ ਫੜੋ ਦੋ ਮੈਨੂੰ ਮੈਂ ਜਿੱਤ ਗਈ ਥੈਂਕ ਯੂ ਸੋ ਮਚ ਤਾੜੀਆਂ ਇੰਨੀਆਂ ਵਧੀਆ ਗੇਮਾਂ ਖੇਡੀਆਂ ਤੁਸੀਂ ਫਿਰ ਆਪਾਂ ਹੁਣ ਹੈਸ਼ਟੈਗ ਬ੍ਰੇਕ ਲੈ ਲਈਏ ਚਲੋ ਜੀ ਫਿਰ ਹੈਸ਼ਟੈਗ ਬ੍ਰੇਕ ਅੱਧਾ ਹੈਸ਼ਟੈਗ ਐਮੀ ਵਿਰਕ ਦਾ ਤੇ ਅੱਧਾ ਹੈਸ਼ਟੈਗ ਸ਼ੌਂਕਨ ਦਾ ਪੂਰਾ ਪੂਰਾ ਆਪੇ ਜੋੜ ਲਿਓ ਯੈਸ ਹੈਸ਼ਟੈਗ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹੈਸ਼ਟੈਗ ਬ੍ਰੇਕ ਤੋਂ ਬਾਅਦ ਐਮੀ ਵਿਰਕ ਤੁਹਾਡਾ ਵੀ ਸਵਾਗਤ ਹੈ ਤੁਸੀਂ ਬੜੇ ਹੀ ਸੋਹਣੇ ਲੱਗ ਰਹੇ ਆ ਬਹੁਤ ਮਿਹਰਬਾਨੀ ਜੀ ਥੈਂਕ ਯੂ ਸੋ ਮਚ ਮਤਲਬ ਕਹਿੰਦਾ ਮੈਂ ਵੀ ਸੋਹਣੀ ਲੱਗ ਰਹੀ ਹਾਂ ਓਕੇ ਬੜੇ ਸੋਹਣੇ ਲੱਗਦੇ ਪਏ ਤੁਸੀਂ ਠੀਕ ਹੈ ਅੱਛਾ ਵੈਸੇ ਤੁਸੀਂ ਨਾ ਬੜੇ ਕਮਜ਼ੋਰ ਦਿਲ ਦੇ ਆ ਨਹੀਂ ਨਹੀਂ ਮੈਂ ਲਾਇਆ ਸਾਂ ਯਾਰ ਤੁਹਾਡਾ ਦਿਲ ਬਹੁਤ ਛੋਟਾ ਜਿਹਾ ਹੈ ਉਹ ਏਡਾ ਕੀ ਹੁੰਦਾ ਮੈਂ ਏਡਾ ਦਿਲ ਚੁੱਕੀ ਫਿਰਾਂ ਜਿੰਨਾ ਸਾਰਿਆਂ ਦਾ ਹੁੰਦਾ ਉਡਾ ਹੀ ਹੈ ਮੇਰਾ ਮਤਲਬ ਥੋੜ੍ਹਾ ਬੰਦਾ ਤੁਸੀਂ ਜੱਟ ਹੋ ਯਾਰ ਜੱਟ ਦਾ ਜਿਗਰਾ ਏਡਾ ਹੁੰਦਾ ਮਤਲਬ ਕਿਉਂ ਇੰਨਾ ਛੋਟਾ ਦਿਲ ਕਿਉਂ ਆ ਤੁਹਾਡਾ ਕਿਉਂ ਮੈਂ ਕਰਕੇ ਦਿੱਤਾ ਇਹੋ ਜਿਹਾ ਯਾਰ ਇੱਕ ਤਾਰਾ ਹੀ ਟੁੱਟਿਆ ਸੀ ਤੁਸੀਂ ਜੋੜ ਲੈਂਦੇ ਮੇਰੇ ਕੋ ਗੂੰਦ ਲੈ ਲੈਂਦੇ ਮੈਂ ਤੁਹਾਨੂੰ ਗੂੰਦ ਨਾ ਦਿੰਦੀ ਜੋੜਨ ਜਾਂਦਾ ਕੌਣ ਏਡੀ ਉੱਚੀ ਜੋੜ ਲੈਂਦੇ ਇੰਨਾ ਇੰਨਾ ਉਦਾਸ ਹੋਣ ਦੀ ਕੀ ਲੋੜ ਪਈ ਸੀ ਇੰਨਾ ਜੇ ਤੁਸੀਂ ਮੂੰਹ ਬਣਾ ਲਿਆ ਉਹਦੇ 'ਚ ਦੱਸੋ ਮੈਨੂੰ ਮੇਰੇ ਕੋ ਨਹੀਂ ਤੁਸੀਂ ਦੇਖੇ ਜਾਂਦੇ ਉਹ 'ਚ ਏਡਾ ਵੱਡਾ ਮੂੰਹ ਸੀ ਬਾਅਦ 'ਚ ਘਟਾਇਆ ਉਦਾਸੀ ਨਾਲ ਤੁਸੀਂ ਇੰਨਾ ਕੁ ਮੂੰਹ ਬਣਾ ਲਿਆ ਦੱਸੋ ਉਹ ਮਾਰਤਾ ਨਾ ਕੁੜੀ ਨੇ ਮੈਨੂੰ ਕਾਫੀ ਦੇ ਵਿੱਚ ਕੋ ਦੇ ਕੇ ਤਾਂ ਕਰਕੇ ਨਾ ਮੈਂ ਹਾਂ ਫਿਰ ਸੈਡ ਹੋ ਗਿਆ ਤੇ ਫਿਰ ਗਾਣਾ ਤਾਂ ਸੁਣਾ ਦਿਓ ਆਪਦਾ ਹੁਣ ਬੜਾ ਔਖਾ ਗਾਣਾ ਮੈਂ ਟਰਾਈ ਕਰਦਾ ਮੈਂ ਗਾਣਾ ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ ਜਵਾਈ ਮੇਰੇ ਵਰਗਾ ਸੀ ਤੇ ਚੰਨ ਨੂੰ ਕੋਈ ਫਰਕ ਪਿਆ ਨਾ ਜਵਾਈ ਤੇਰੇ ਵਰਗਾ ਸੀ ਇਹ ਤੂੰ ਜੋ ਕੀਤੀ ਮੇਰੇ ਨਾਲ ਉਹਦਾ ਇਹ ਆਲਮ ਹੈ ਕਿ ਅੱਜ ਇੱਕ ਕੋਇਲ ਰੋਂਦੀ ਵੇਖੀ ਮੈਂ ਮੇਰਾ ਹਾਲ ਵੇਖ ਕੇ ਸਾਡੇ ਅੱਗੇ ਕੰਬੀ ਸਿਰ ਝੁਕਾਉਂਦੇ ਨੇ ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ ਜਵਾਈ ਮੇਰੇ ਹਾਏ ਹਾਏ ਇੰਗਲੈਂਡ ਵੀ ਹੁਣ ਜਿੱਦਾਂ ਤੁਸੀਂ ਕਿਹਾ ਜਾ ਆਏ ਹੈ ਨਾ ਉੱਥੇ ਵੀ ਫਿਲਮ ਕਰ ਲਈ ਪਰ ਤੁਸੀਂ ਆਪਣਾ ਜਿਗਰਾ ਥੋੜ੍ਹਾ ਵੱਡਾ ਰੱਖ ਲੈਂਦੇ ਵਿਚਾਰੀ ਨੂੰ ਮਿੰਨੀ ਕਿਉਂ ਲੈ ਕੇ ਦਿੱਤੀ ਤੁਸੀਂ ਜੱਟ ਕੋਈ ਵੱਡੀ ਗੱਡੀ ਲੈ ਕੇ ਦਿੰਦਾ ਕੁਛ ਕਰਦਾ ਵਿਚਾਰੀ ਨੂੰ ਮਿੰਨੀ ਕਿਉਂ ਲੈ ਕੇ ਦਿੰਦੀ ਟਰੈਕਟਰ ਟਰਾਲੀ ਲੈ ਦਿਆ ਪਿੱਛੇ ਤੂੜੀ ਲੱਦ ਲਏ ਪਿੱਛੇ ਗੰਨਾ ਲੱਦ ਕੇ ਸਾਰਾ ਚੰਡੀਗੜ੍ਹ ਘੁੰਮੀ ਫਿਰੇ ਹੈ ਉਹ ਆ ਕੇ ਚੰਡੀਗੜ੍ਹ ਦੀਆਂ ਸੜਕਾਂ ਵਾਧੇ ਸਾਰੀਆਂ ਹੈ ਉਹ ਗੱਡੀ ਜਿਹੜੀ ਕੁੜੀਆਂ ਵਾਲੀ ਕੁੜੀ ਨੂੰ ਉਹ ਲੈ ਕੇ ਦੇਣੀ ਆ ਤੈਨੂੰ ਚੌਂਕਾਂ ਨੂੰ ਟਰੈਕਟਰ ਟਾਲੀ ਲੈ ਕੇ ਸਾਰਾ ਚੰਡੀਗੜ੍ਹ ਘੁੰਮਦੀ ਫਿਰੇ ਪਿੱਛੇ ਲੱਦ ਕੇ ਸਮਾਨ ਹਨਾ ਠੀਕ ਹੈ ਫਿਰ ਹੁਣ ਮਿੰਨੀ ਕੂਪਰ ਸੁਣਾ ਦਿਓ ਉਹਦੇ ਲਈ ਜਿਹਨੂੰ ਤੁਸੀਂ ਮਿੰਨੀ ਕੂਪਰ ਲੈ ਕੇ ਦਿੱਤੀ ਹਾਂ ਟੇਕੇਂਗੀ ਤੂੰ ਮੱਥੇ ਬੜੇ ਰੱਬ ਨੂੰ ਕਿ ਮੇਰੇ ਜਿਹਾ ਮੁੰਡਾ ਤੈਨੂੰ ਮਿਲਿਆ ਉਹ ਮਿਲ ਗਿਆ ਮੇਰੇ ਨਾਲ ਲੇਖ ਜੋ ਫਿਰਦਾ ਤੇਰਾ ਵੀ ਮਨ ਖਿਲਿਆ ਓ ਕਰ ਦੂੰਗਾ ਸੱਬੇ ਪੂਰੀਆਂ ਓ ਤੇਰੀਆਂ ਡਿਮਾਂਡਾਂ ਜਿਹੜੀਆਂ ਉਹ ਮਿੰਨੀ ਕੂਪਰ ਲੈ ਦਊਂਗਾ ਉਹ ਵਿੱਚ ਬੈਠ ਕੇ ਤੂੰ ਮਾਰੀ ਗੇੜੀਆਂ ਟਰੇਟੇ ਟਰਾਲੀ ਲੈ ਦਊਂਗਾ ਉਹ ਵਿੱਚ ਬੈਠ ਕੇ ਤੂੰ ਮਾਰੀ ਗੇੜੀਆਂ ਨੀ ਹਾਏ ਹਾਏ ਅੱਛਾ ਉਹ ਕਲੇਜੇ ਵਾਲਾ ਗੀਤ ਵੀ ਸੁਣਾ ਦੋ ਜਿਹੜਾ ਹੈਗਾ ਖੂਨ ਰੰਗਾ ਪਾਇਆ ਸੀਗਾ ਸੂਟ ਮੱਟੇ ਯਾਰ ਦੇ ਥੋੜਾ ਹੈ ਗਾੜਾ ਮੇਲੇ ਵਿੱਚ ਟੱਕਰੀ ਸੀ ਮੈਨੂੰ ਉਹ ਛਪਾਰ ਦੇ ਜਿਹੜੀ ਛੱਡੀ ਸੀ ਘੁੰਮਾ ਕੇ ਲਾਟ ਮੱਥੇ ਤੇ ਹੋ ਮਾਰ ਕਰਦੀ ਸੀ ਤੀਰ ਦੀ ਉਹ ਕੁੜੀ ਜਿੱਦਣ ਦੀ ਅੱਖਾਂ ਥਾਣੀ ਲੰਘ ਗਈ ਉਹ ਜੱਟ ਦਾ ਕਲੇਜਾ ਚੀਰ ਗਈ ਹਾਏ ਉਹ ਜੱਟ ਦਾ ਕਲੇਜਾ ਚੀਰ ਗਈ ਮਿਹਰਬਾਨੀ ਚੀਰ ਚੂਰ ਚੀਰ ਗਈ ਜ਼ਿਆਦਾ ਕੱਟ ਕੁੱਟ ਤਾਂ ਨਹੀਂ ਪੈ ਗਿਆ ਨਾ ਨਹੀਂ 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 ਸਵਾਲਿਆ ਤੋਪੇ ਮੈਂ ਬੜੀਆਂ ਗੱਲਾਂ ਕਰ ਲਈਆਂ ਮੈਨੂੰ ਕੋਈ ਆਪਣੇ ਦਿਲ ਦੀ ਗੱਲ ਕਰ ਲੈਂਦੇ ਹਾਂਜੀ ਤੇ ਪਟਾਰਾ ਟੀਵੀ ਬੜਾ ਵਧੀਆ ਚੈਨਲ ਆ ਸਾਡੀ ਸਾਰੀ ਫੈਮਿਲੀ ਨੂੰ ਬੜਾ ਵਧੀਆ ਲੱਗਦਾ
ਤੇ ਪਹਿਲੀ ਰਿੰਗ ਤੇ ਲਾਈਕ ਇੰਨੀਆਂ ਬਲਕ ਦੇ ਵਿੱਚ ਫਿਲਮਾਂ ਆਉਣ ਲੱਗੀਆਂ ਬੇਸਿਕਲੀ ਪੰਜਾਬੀਆਂ ਦੇ ਆਪਣਾ ਲਾਈਕ ਗੀਤ ਸੁਣ ਸੁਣ ਕੇ ਅੱਕੇ ਪਏ ਆ ਨਾ ਪਿਛਲੇ 6-7 ਸਾਲਾਂ ਤੋਂ ਗੀਤ ਹੀ ਸੁਣੀਆਂ ਨੇ ਗੀਤ ਹੀ ਸੁਣੀਆਂ ਨੇ ਤੇ ਫਿਲਮਾਂ ਪਹਿਲੀ ਵਾਰੀ ਲੋਕਾਂ ਨੂੰ ਵੇਖਣ ਨੂੰ ਮਿਲਦੀਆਂ ਬੈਕ ਟੂ ਬੈਕ ਤੇ ਘੱਟ ਮਸ਼ਹੂਰੀਆਂ ਨਾਲ ਤੇ ਉਹ ਜਾਣਾ ਜ਼ਰੂਰੀ ਹੁੰਦਾ ਨਾ ਵੇਖੀ ਜਾਓ ਜੋ ਮਸ਼ਹੂਰ ਨਹੀਂ ਆਈਆਂ ਨੇ ਸਾਪਣ ਵੇਚੀਆਂ ਤੇ ਸਭ ਦੱਸੋ ਗੜੀ ਵੀ ਤੂੰ ਭੁੱਲੇ ਹੁਣ ਫਿਲਮ ਦਾ ਧਿਆਨ ਵਿੱਚ ਆ ਤੇ ਹਾਂ ਥੋੜ੍ਹੀਆਂ ਮਸ਼ਹੂਰੀਆਂ ਘੱਟ ਆਉਂਦੀਆਂ ਬੜਾ ਵਧੀਆ ਲੱਗਦਾ ਪਟਿਆਲੇ ਨੂੰ ਬੇਨਦੀ ਮਸ਼ਹੂਰੀਆਂ ਘੱਟ ਹੀ ਰੱਖਿਓ ਤੇ ਉਹ ਬੜਾ ਵਧੀਆ ਇਹਨਾਂ ਦਾ ਚੈਨਲ ਆ ਤੇ ਬੜਾ ਵਧੀਆ ਰਿਸਪੋਂਸ ਬੜੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਸਾਡੀਆਂ ਵੀ ਚੱਲਦੀਆਂ ਨਿੱਕਾ ਜਲਦਾਰ ਬਹੁਤ ਚੱਲਦੀ ਹੈ ਮੈਨੂੰ ਬੜੇ ਮੈਸੇਜ ਫੋਨ ਆਉਂਦੇ ਹੁੰਦੇ ਲੋਕਾਂ ਦੇ ਵੀ ਉਹਦੇ 'ਤੇ ਪਟਿਆਲਾ ਚੈਨਲ 'ਤੇ ਉਹ ਚੱਲੀ ਜਾਂਦੀ ਆ ਨਿੱਕਾ ਜਲਦਾਰ ਦੇਖੋ ਵੀ ਮੈਂ ਕਿੰਨੀ ਵੇਖਾਂ ਹੁਣ ਮੈਂ ਤਾਂ ਵੇਲੇ ਹੀ ਆ ਹਨਾ ਅਤੇ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਵੇਖੀ ਤਾਂ ਪਲੀਜ਼ ਤੁਸੀਂ ਆਪਣਾ ਪਟਿਆਰਾ ਚੈਨਲ ਨੂੰ ਫੋਲੋ ਕਰੋ ਅਤੇ ਪਟਿਆਰਾ ਚੈਨਲ 'ਤੇ ਤੁਸੀਂ ਦੇਖਿਆ ਕਰੋ ਘਰ ਬੈਠੇ ਹੋ ਅਤੇ ਪਟਿਆਰਾ ਚੈਨਲ ਲਾਓ ਫੈਮਿਲੀ ਦੇ ਨਾਲ ਬਹਿ ਕੇ ਪੰਜਾਬੀ ਫਿਲਮਾਂ ਵੇਖੋ ਆਨੰਦ ਲਓ ਚਿਲ ਕਰੋ ਚਿਲ ਸ਼ੌਂਕਣ ਬਾਰੇ ਨਹੀਂ ਤੁਸੀਂ ਕੁਝ ਸੁਣਿਆ ਤੇ ਸ਼ੌਂਕਣ ਦੇ ਇੰਟਰਵਿਊ ਆਉਂਦੇ ਹੁੰਦੇ ਪਟਿਆਰੇ ਤੇ ਉਹ ਵੇਖ ਲਿਆ ਕਰੋ ਅੱਛਾ ਐਮੀਸ ਤੋਂ ਇਲਾਵਾ ਅਪਕਮਿੰਗ ਪ੍ਰੋਜੈਕਟਸ ਦੇ ਵਿੱਚ ਕੀ ਲੈ ਕੇ ਆ ਰਹੇ ਹੋ ਅਪਕਮਿੰਗ ਪ੍ਰੋਜੈਕਟਸ ਦੇ ਵਿੱਚ ਮੇਰਾ ਹਲਦੀ ਦਾ ਬ੍ਰਾਂਡ ਆਉਣ ਵਾਲਾ ਅਤੇ ਸਾਈਕਲ ਹੋਰ ਆਲੂ ਚਿਪਸ ਬਣਾਉਣ ਲੱਗਾ ਆਪਣੇ ਅੱਛਾ ਤੇ ਦਵਾਈਆਂ ਅੱਛਾ ਐਮੀ ਵਿਰਕ ਮੈਡੀਕਲ ਅਤੇ ਉਸ ਤੋਂ ਬਾਅਦ ਪੰਜਾਬੀ ਜੁੱਤੀਆਂ ਝੁਮਕੇ ਓ ਸੂਟ ਸਾਟ ਜਨਾਨੀਆਂ ਦੇ ਅੱਛਾ ਅਤੇ ਮੁੜ ਕੇ ਪੱਗਾਂ ਇਹਨਾਂ 'ਚ ਕੁਝ ਵੀ ਨਹੀਂ ਆ ਰਿਹਾ ਮੇਰਾ ਅਤੇ ਮੇਰੇ ਆਉਣੇ ਗੀਤ ਅਤੇ ਜਾਂ ਫਿਲਮਾਂ ਕਿਉਂਕਿ ਮੈਨੂੰ ਹੋਰ ਕੁਝ ਵੀ ਨਹੀਂ ਆਉਂਦਾ ਅਤੇ ਖੇਤੀਬਾੜੀ ਵਿੱਚ ਅਸੀਂ ਜੀਰੀ ਸੁੱਟ ਸਕਦੇ ਹਾਂ ਮੰਡੀ ਦੇ ਵਿੱਚ ਉਹ ਫਾਦਰ ਸਾਹਿਬ ਦਾ ਜਿਹੜਾ ਹੈਗਾ ਲਾਈਕ ਸਾਡਾ ਪ੍ਰੋਫੈਸ਼ਨ ਅਸੀਂ ਉਹ ਕਰ ਸਕਦੇ ਹਾਂ ਅਤੇ ਬਾਕੀ ਸਾਡੇ ਆਉਣੇ ਆ ਗੀਤ ਅਤੇ ਫਿਲਮਾਂ ਆਉਣੀਆਂ ਸਤਿ ਸ਼੍ਰੀ ਅਕਾਲ ਇੰਗਲੈਂਡ ਗਾਣੇ ਰਿਲੀਜ਼ ਔਨ 8th ਐਂਡ ਉਸ ਤੋਂ ਬਾਅਦ 'ਚ ਹੈਗੀ ਆ ਸਾਡੀ ਫਿਲਮ ਲੌਂਗ ਲਾਚੀ ਅਤੇ ਉਸ ਤੋਂ ਬਾਅਦ 'ਚ ਹਰਜੀਤਾ ਹਰਜੀਤਾ ਤੋਂ ਬਾਅਦ 'ਚ ਅਗਲੇ ਦਾ ਨਾਮ ਨਹੀਂ ਰੱਖਿਆ ਜੀ ਆਏ ਹਾਏ ਕੀ ਬਾਤ ਹੈ ਬੈਕ ਟੂ ਬੈਕ ਫਿਲਮਾਂ ਗੀਤ ਕਰ ਰਹੇ ਵਿੱਚ ਕੋਈ ਨਹੀਂ ਗੀਤ ਹੈਗੇ ਆ ਗੀਤ ਅਸੀਂ ਇਸੇ ਲਾਈਕ ਜਨਵਰੀ ਦੇ ਵਿੱਚ ਗੀਤ ਰਿਲੀਜ਼ ਕਰਾਂਗੇ ਜਨਵਰੀ ਫੈਬਰੀ ਮਾਰਚ ਮਹੀਨੇ ਬਾਅਦ ਇੱਕ ਗੀਤ ਕਰਨਾ ਕੀ ਬਾਤ ਹੈ ਹਾਂਜੀ ਥੈਂਕ ਯੂ ਸੋ ਮੱਚ ਐਮੀ ਵਿਰਕ ਤੁਸੀਂ ਸ਼ੌਂਕਾਂ ਦੇ ਸੁਪਨੇ ਵਿੱਚ ਆਏ ਤੇ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਤੇ ਪਟਾਰਾ ਟੀਵੀ ਦਾ ਬਹੁਤ ਬਹੁਤ ਥੈਂਕ ਯੂ ਸੋ ਮੱਚ ਤੇ ਫਿਰ ਜੇਕਰ ਤੁਸੀਂ ਵੀ ਆਪਣੇ ਕੈਟ ਕੈਂਟ ਸਲੈਬਸ ਨੂੰ ਮਿਲਣਾ ਚਾਹੁੰਦੇ ਹੋ ਮਤਲਬ ਹੁਣ ਐਮੀ ਵਿਰਕ ਮੇਰੇ ਸੁਪਨੇ 'ਚ ਆਇਆ ਯਾਰ ਮੇਰਾ ਸੁਪਨਾ ਤਾਂ ਸੱਚ ਹੋਣਾ ਹੀ ਸੀ ਨਾ ਪਰ ਜੇਕਰ ਤੁਸੀਂ ਵੀ ਮਿਲਣਾ ਚਾਹੁੰਦੇ ਹੋ ਤਾਂ ਫਿਰ ਆ ਜਿਓ ਨਾ ਸ਼ੌਂਕਾਂ ਦੇ ਸੁਪਨੇ ਵਿੱਚ ਕਹਿ ਦਿਓ ਨਾ ਤੇ ਸ਼ੌਂਕਾਂ ਦੇ ਸੁਪਨੇ ਜ਼ਰੂਰ ਆਉਣਾ ਹਾਂ ਠੀਕ ਹੈ ਨਾ ਤੇ ਫਿਰ ਮੇਰੀ ਜਗ੍ਹਾ ਤੋਂ ਇੱਥੇ ਬੈਠੇ ਹੋ ਸ਼ੌਂਕਾਂ ਦੇ ਸੁਪਨੇ ਜ਼ਰੂਰ ਆਉਣਾ ਜ਼ਰੂਰ ਆਉਣਾ ਯਾਰ ਤੇ ਫਿਰ ਹੈਸ਼ਟੈਗ ਸ਼ੌਂਕਾਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਥੈਂਕ ਯੂ